ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਮੌਸਮ ਦਾ ਹਾਲ ਜਿਵੇਂ ਪਿਛਲੇ 24 ਘੰਟੇ ਵਿੱਚ ਪੰਜਾਬ ਵਿੱਚ ਬਹੁਤ ਬਦਲਬਾਏ ਸੀ ਅਤੇ ਕਈ ਇਲਾਕਿਆਂ 'ਚ ਭਾਰੀ ਤੋਂ ਦਰਮਿਆਨੀ ਬਰਖਾ ਦਰਜ ਕੀਤੀ ਗਈ ਸੀ ਜਿਸ ਦੇ ਨਾਲ ਮੌਸਮ ਵਿੱਚ ਨਮੀ ਤੇ ਠੰਡ ਦਾ ਮੌਸਮ ਬਣ ਗਿਆ ਹੈ ਪਰ ਹੁਣ ਜੇ ਆਪਾਂ ਅੱਜ ਦੀ ਗੱਲ ਕਰੀਏ ਤਾਂ ਹੁਣ ਪੂਰੇ ਬੱਦਲਬਾਏ ਚੱਕ ਹੋ ਗਏ ਆ ਮੌਸਮ ਸਾਫ਼ ਰਹੇਗਾ ਪੂਰੇ ਪੰਜਾਬ ਵਿੱਚ ਮੌਸਮ ਸਾਫ਼ ਰਹਿਣ ਦੀ ਉਮੀਦ ਹੈ ਅਗਲੇ 24 ਘੰਟੇ ਵਿੱਚ ਤੇ ਖੇਲੀ ਧੁੱਪ ਰਹੇਗੀ ਆਪਾਂ ਗੱਲ ਕਰੀਏ ਮਾਝੇ ਦੀ ਪਠਾਨਕੋਟ ਵਿੱਚ ਤੋ ਪੂਰੀ ਧੁੱਪ ਖਿਲੇ ਰਹੇਗੀ ਤੇ ਟੈਂਪਰੇਚਰ 35 ਡਿਗਰੀ ਦੇ ਆਸ-ਪਾਸ ਹੋਊਗਾ। ਗੁਰਦਾਸਪੁਰ ਏਰੀਆ ਵਿੱਚ ਵੀ ਪੂਰਾ ਮੌਸਮ ਸਾਫ਼ ਰਹੂਗਾ ਤੇ ਧੁੱਪ ਦੇ ਨਾਲ-ਨਾਲ ਦੁਪਹਿਰ ਸ਼ਾਮ ਤੋਂ ਹਲਕੀ-ਫੁਲਕੀ ਹਵਾ ਚੱਲਣ ਦੀ ਉਮੀਦ ਆ। ਅਮਰਸਰ ਅਮਰਸਰ ਚ ਵੀ ਮੌਸਮ ਸਾਫ਼ ਰਹੇਗਾ ਤੇ ਜਿਹੜਾ ਟੈਂਪਰੇਚਰ ਹੈ ਉਹ 35 ਤੋਂ 40 ਡਿਗਰੀ ਦੇ ਆਸ-ਪਾਸ ਰਹਣ ਦੀ ਉਮੀਦ ਆ। ਅੱਗੇ ਆਪਾਂ ਗੱਲ ਕਰੀਏ ਤਾਂ ਤਰਨਤਨ ਸਾਹਿਬ ਦੀ ਤਰਨਤਨ ਸਾਹਿਬ ਵੀ ਮੌਸਮ ਸਾਫ਼ ਰਹੇਗਾ। ਜਿਹੜਾ ਟੈਂਪਰੇਚਰ ਆ ਉਹ 30 ਤੋਂ 35 ਦੇ ਵਿੱਚ ਰਹਿ ਸਕਦਾ ਆ ਤੇ ਹੁਣ ਗੱਲ ਕਰੀਏ ਆਪਾਂ ਦੁਆਬੇ ਏਰੀਆ ਦੀ ਦੁਆਬੇ ਦੇ ਸ਼ਹਿਰ ਹੁਸ਼ਿਆਰਪੁਰ 'ਚ ਧੁੱਪ ਖਿਲੀ ਰਹੂਗੀ ਤੇ ਦੁਪਹਿਰ ਤੋਂ ਬਾਅਦ ਕਿਤੇ ਕਿਤੇ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਕਪੂਰਥਲਾ ਕਪੂਰਥਲਾ ਵਿੱਚ ਵੀ ਧੁੱਪ ਖਿਲੀ ਰਹੂਗੀ ਤੇ ਮੌਸਮ ਸਾਫ਼ ਰਹੂਗਾ ਆਪਾਂ ਗੱਲ ਕਰੀਏ ਜੇ ਕਿਤੇ ਜਲੰਧਰ ਦੀ ਜਲੰਧਰ ਵਿੱਚ ਮੌਸਮ ਸਾਫ਼ ਰਹੂਗਾ ਤੇ ਟੈਂਪਰੇਚਰ ਉਹ 30 ਤੋਂ 35 ਡਿਗਰੀ ਦੇ ਆਸ-ਪਾਸ ਰਹਿ ਸਕਦਾ ਹੈ ਅੱਗੇ ਇਹ ਗੱਲ ਕਰੀਏ ਆਪਾਂ ਨਵੇਂ ਸ਼ਹਿਰ ਦੀ ਨਵੇਂ ਸ਼ਹਿਰ ਵਿੱਚ ਵੀ ਮੌਸਮ ਸਾਫ਼ ਰਹੇਗਾ ਵੈਸੇ ਤਾਂ ਅੱਜ ਸਾਰੇ ਪੰਜਾਬ ਵਿੱਚ ਮੌਸਮ ਸਾਫ਼ ਰਹਿੰਦੀ ਸੁਭਾਅ ਬਣਾਇਆ ਅੱਗੇ ਗੱਲ ਕਰੀਏ ਆਪਾਂ ਮਾਲਵੇ ਇਲਾਕੇ ਦੀ ਮਾਲਵੇ ਇਲਾਕੇ ਵਿੱਚ ਲੁਧਿਆਣਾ ਲੁਧਿਆਣੇ ਵਿੱਚ ਵੀ ਮੌਸਮ ਸਾਫ਼ ਰਹੂਗਾ ਤੇ ਧੁੱਪ ਖਿਲੇ ਰਹੂਗੀ ਜਿਹਦੇ ਵਿੱਚ ਟੈਂਪਰੇਚਰ 35 ਦੇ ਆਸ-ਪਾਸ ਅਨੁਸਾਰ ਕੀਤਾ ਜਾਵੇਗਾ ਤੇ ਲੁਧਿਆਣੇ ਸਮਰਾਲੇ ਵਿੱਚ ਵੀ ਧੁੱਪ ਖੇੜੇ ਰਹੂਗੀ ਤੇ ਜਿਹੜਾ ਟੈਂਪਰੇਚਰ ਆ ਉਹ 30 ਤੋਂ 32 ਦੇ ਆਸ-ਪਾਸ ਰਹਿ ਸਕਦਾ ਹੈ ਗੱਲ ਕਰੀਏ ਆਪਾਂ ਮੋਗੇ ਦੀ ਮੋਗੇ ਦੇ ਵਿੱਚ ਵੀ ਮੌਸਮ ਸਾਫ਼ ਰਹੇਗਾ ਤੇ ਧੁੱਪ ਖਿਲੀ ਰਹੂਗੀ ਅੱਜ ਦਾ ਦਿਨ ਥੋੜਾ ਗਰਮ ਰਹਿਣ ਦੀ ਸੁਭਾਵਨਾ ਹੈ ਅੱਗੇ ਜੇ ਗੱਲ ਕਰੀਏ ਆਪਾਂ ਬਠਿੰਡੇ ਦੀ ਬਠਿੰਡੇ ਚ ਵੀ ਮੌਸਮ ਸਾਫ਼ ਰਹੇਂਦੀ ਸੁਭਾਵਨਾ ਹੈ ਤੇ ਧੁੱਪ ਖਿਲੀ ਰਹੂਗੀ ਤੇ ਕਿਤੇ ਕਿਤੇ ਹਵਾ ਚੱਲਣ ਦੀ ਸੁਭਾਵਨਾ ਹੈ ਬਰਨਾਲਾ ਬਰਨਾਲੇ ਵਿੱਚ ਵੀ ਮੌਸਮ ਸਾਫ਼ ਰਹੂਗਾ ਤੇ ਧੁੱਪ ਖਿਲੀ ਰਹੂਗੀ ਆਪਾਂ ਅੱਗੇ ਜੇ ਗੱਲ ਕਰੀਏ ਆਪਾਂ ਫਿਰੋਜ਼ਪੁਰ ਤੇ ਫਿਰੋਜ਼ਪੁਰ ਵਿੱਚ ਵੀ ਪਿਛਲੇ 24 ਘੰਟੇ ਮੀਂਹ ਪਿਆ ਸੀ ਹਲਕੀ ਤੋਂ ਦਰਮਾਨੀ ਬਰਖਾ ਹੋਈ ਸੀ ਪਰ ਹੁਣ ਮੌਸਮ ਸਾਫ਼ ਰਹੂਗਾ ਅਗਲੇ 24 ਘੰਟੇ ਮੌਸਮ ਸਾਫ਼ ਰਹਿਣ ਦੀ ਸਭਾਵਨਾ ਹੈ ਫਰੀਦਕੋਟ ਵਿੱਚ ਵੀ ਅਗਲੇ 24 ਘੰਟੇ ਮੌਸਮ ਸਾਫ਼ ਰਹਿਣ ਦੀ ਸਭਾਵਨਾ ਹੈ ਤੇ ਧੁੱਪ ਖਿਲੇ ਰਹੂਗੀ ਜੇ ਆਪਾਂ ਗੱਲ ਕਰੀਏ ਪਟਿਆਲਾ ਪਟਿਆਲਾ ਵਿੱਚ ਵੀ ਮੌਸਮ ਸਾਫ਼ ਰਹੂਗਾ ਤੇ ਕਿਤੇ ਵੀ ਬੱਦਲਬਾਜ਼ੀ ਦੇਖਣ ਨੂੰ ਨਹੀਂ ਮਿਲੇਗੀ ਤੇ ਧੁੱਪ ਖਿਲੇ ਰਹੂਗੀ ਅੱਗੇ ਜੇ ਗੱਲ ਕਰੀਏ ਆਪਾਂ ਸੰਗਰੂਰ ਦੀ ਸੰਗਰੂਰ ਵਿੱਚ ਵੀ ਮੌਸਮ ਸਾਫ਼ ਰਹੂਗਾ ਤੇ ਜਿਹੜਾ ਟੈਂਪਰੇਚਰ ਆ ਉਹ 35 ਤੋਂ 40 ਡਿਗਰੀ ਦੇ ਆਸ-ਪਾਸ ਰਹੇਂਦੀ ਸੁਭਾ ਮਨਾਇਆ ਅੱਗੇ ਆਪਾਂ ਜੇ ਗੱਲ ਕਰੀਏ ਰੋਪੜ ਦੀ ਰੋਪੜ ਵਿੱਚ ਵੀ ਮੌਸਮ ਸਾਫ਼ ਰਹੂਗਾ ਕਿਉਂਕਿ ਅਨੰਦਪੁਰ ਸਾਹਿਬ ਅਨੰਦ ਅਨੰਦਪੁਰ ਸਾਹਿਬ ਵਿੱਚ ਵੀ ਮੌਸਮ ਸਾਫ਼ ਰਹੂਗਾ ਤੇ ਧੁੱਪ ਖਿਲੇ ਰਹੂਗੀ ਤੇ ਟੈਂਪਰੇਚਰ ਜੋ ਅਦਿਕਤਮ 30 ਤੋਂ 32 ਡਿਗਰੀ ਰਹੇਗਾ ਸ਼ਿਰੀ ਚਮਕੌਰ ਸਾਹਿਬ ਸ਼ਿਰੀ ਚਮਕੌਰ ਸਾਹਿਬ ਵਿੱਚ ਵੀ ਅੱਜ ਬੱਦਲਾ ਤੋਂ ਨਜਾਤ ਮਿਲੂਗੀ ਤੇ ਧੁੱਪ ਖਿਲੇ ਰਹੂਗੀ ਜੇ ਆਪਾਂ ਗੱਲ ਕਰੀਏ ਮੋਹਾਲੀ ਦੀ ਮੋਹਾਲੀ ਪਿਛਲੇ 24 ਘੰਟੇ ਵਿੱਚ ਮੀਂਹ ਤੋਂ ਅੱਜ ਸ਼ਹਿਰ ਵਾਸੀਆਂ ਨੂੰ ਨਜਾਤ ਮਿਲ ਗਈ ਤੇ ਮੌਸਮ ਸਾਫ਼ ਰਹੇਗਾ ਖਰੜ ਵਿੱਚ ਵੀ ਕੱਲ ਜਿਵੇਂ ਭਾਰੀ ਮੀਂਹ ਪਿਆ ਸੀ ਉਹ ਤੋਂ ਅੱਜ ਇਲਾਕਾ ਵਾਸੀਆਂ ਨੂੰ ਨਜਾਤ ਮਿਲ ਗਈ ਤੇ ਧੁੱਪ ਖੇਲੀ ਰਹੂਗੀ ਜੇ ਆਪਾਂ ਚੰਡੀਗੜ੍ਹ ਕਰੀਏ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਅੱਜ ਵੀ ਮੌਸਮ ਸਾਫ਼ ਰਹੇਗਾ ਤੇ ਧੁੱਪ ਖੇਲੀ ਰਹੂਗੀ ਐਸੀ ਮੌਸਮ ਦਾ ਹਾਲ ਧੰਨਵਾਦ